मेरे मन से मैं फिल्म बनानी चाहता सी बड़े टाइम तो। हर बच्चा अपनी माँ नाल कनैक्टड है, सो असी भी उदा ही हाँ। मैं लगता इदा दिया फिल्म आनिया चाहिए ने, यूथ नूं गुड मैसेज मिलता एक। मैं नहीं कहता कि बच्चे अपनी माँ नूं प्यार नहीं करते, मैं ये कहना कि साड़ी फिल्म देखने तो बाद करनगे। तो एक छोटा जिहा सीन है जिवें उह कहिंदा वी माँ तों फूक मरा ला, है ना, कहना यार फूकां नाल दोनों हुंदा। देखो मैं इहदे बारे ज़्यादा टॉक नहीं करनी चाहुंदा, मैं सोचदा तुसीं फिल्म देखो। ओल्ड एज होम का एक बहुत अच्छा मैसेज असी दिता, बहुत ही वधिया। ਅੱਜ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੇਰੇ ਨਾਲ ਮੌਜੂਦ ਨੇ ਮਾਂ ਫਿਲਮ ਦੀ ਲੀਡ ਸਟਾਰਕਾਸਟ ਗਿੱਪੀ ਗਰੇਵਾਲ, ਜਿਨ੍ਹਾਂ ਨੂੰ ਦੇਸੀ ਰੌਕ ਸਟਾਰ ਵੀ ਕਿਹਾ ਜਾਂਦਾ। ਸੋ ਗਿੱਪੀ ਗਰੇਵਾਲ ਅਕਸਰ ਦੇਖੇ ਜਾਂਦੇ ਨੇ ਕਿਸੇ ਨਾ ਕਿਸੇ ਨਵੇਂ ਮੈਸੇਜ ਦੇ ਉੱਤੇ ਮੂਵੀ ਲੈ ਕੇ ਆ ਰਹੇ ਨੇ। ਇਸ ਵਾਰ ਇੱਕ ਸਿੰਗਲ ਮਦਰ ਦੇ ਮੈਸੇਜ ਤੇ ਮੂਵੀ ਲੈ ਕੇ ਆ ਰਹੇ, ਕਿਸ ਤਰੀਕੇ ਦਾ ਐਕਸਪੀਰੀਅੰਸ ਲਿਆ, ਕਿੱਥੋਂ ਇਹ ਥਾਟ ਆਇਆ, ਕੀ ਸੋਚ ਕੇ ਇਹ ਮੂਵੀ ਨੂੰ ਤੁਸੀਂ ਖਾਸ ਕਰਕੇ ਲੈ ਕੇ ਆਏ ਹੋ? ਅੱਜ ਕੱਲ੍ਹ ਦਾ ਯੂਥ ਇਹਨਾਂ ਕਿਤੇ ਨਾ ਕਿਤੇ ਜ਼ਰੂਰ ਜੁੜ ਰਿਹਾ। ਬਿਲਕੁਲ ਜੀ, ਕਿਉਂਕਿ ਮੇਰੇ ਮਨ 'ਚ ਸੀ ਮੈਂ ਫਿਲਮ ਬਣਾਉਣੀ ਚਾਹੁੰਦਾ ਸੀ ਬੜੇ ਟਾਈਮ ਦੇ ਉੱਤੋਂ। ਸਬਜੈਕਟ ਤਾਂ ਆਪਾਂ ਸਾਰਿਆਂ ਦੇ ਘਰ 'ਚ ਘੁੰਮ ਰਿਹਾ ਇਹ, ਹੈ ਨਾ, ਹਰ ਬੰਦੇ ਨੇ ਹਰ ਬੱਚਾ ਆਪਣੀ ਮਾਂ ਨਾਲ ਕਨੈਕਟਡ ਹੈ, ਸੋ ਅਸੀਂ ਵੀ ਉੱਦਾਂ ਹੀ ਹਾਂ। ਸੋ ਡੈਫੀਨੇਟਲੀ ਮੈਨੂੰ ਲੱਗਦਾ ਇੱਦਾਂ ਦੀਆਂ ਫਿਲਮਾਂ ਆਉਣੀਆਂ ਚਾਹੀਦੀਆਂ ਨੇ, ਯੂਥ ਨੂੰ ਗੁੱਡ ਮੈਸੇਜ ਮਿਲਦਾ ਇੱਕ। ਔਰ ਮੈਂ ਨਹੀਂ ਕਹਿੰਦਾ ਕਿ ਬੱਚੇ ਆਪਣੀ ਮਾਂ ਨੂੰ ਪਿਆਰ ਨਹੀਂ ਕਰਦੇ, ਮੈਂ ਇਹ ਕਹਿੰਦਾ ਕਿ ਸਾਡੀ ਫਿਲਮ ਦੇਖਣ ਤੋਂ ਬਾਅਦ ਵੱਧ ਕਰਨਗੇ। ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਉਹ ਇਗਨੋਰ ਕਰਦੇ ਨੇ, ਉਹ ਨਹੀਂ ਕਰਨਗੇ। ਮੈਂ ਖੁਦ ਕਰਦਾ, ਮੈਂ ਇਹ ਫਿਲਮ ਜਦੋਂ ਬਣਾਈ ਹੈ ਇਹਦੇ 'ਚ ਜਿਹੜੀਆਂ ਚੀਜ਼ਾਂ ਪਾਈਆਂ ਉਹ ਮੈਂ ਡੇਲੀ ਦੇ ਵਿੱਚ ਆਪ ਰੂਟੀਨ 'ਚ ਬਹੁਤ ਕਰਦਾ ਸੀ। ਮੈਂ ਕਦੇ ਕਦੇ ਮੰਮੀ ਨੂੰ ਪੁੱਛਦਾ, ਮੰਮੀ ਦੱਸਦੀ ਆ ਵੀ ਤੂੰ ਆਹ ਕਰਦਾ, ਤੂੰ ਆਹ ਕਰਦਾ, ਜਿਹੜੀਆਂ ਗੱਲਾਂ ਤੋਂ ਉਹਨਾਂ ਨੂੰ ਗੁੱਸਾ ਲੱਗਦਾ। ਮੈਨੂੰ ਲੱਗਿਆ ਕਿ ਹਾਂ ਯਾਰ ਇਹਨਾਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਪਾਉਣਾ ਚਾਹੀਦਾ, ਸ਼ਾਇਦ ਉਹ ਚੀਜ਼ਾਂ ਚੇਂਜ ਹੋ ਜਾਣ, ਹੈ ਨਾ। ਤੋ ਇੱਕ ਛੋਟਾ ਜਿਹਾ ਸੀਨ ਹੈ ਜਿਵੇਂ ਉਹ ਕਹਿੰਦਾ ਵੀ ਮਾਂ ਤੋਂ ਫੂਕ ਮਰਾ ਲਾ, ਹੈ ਨਾ, ਕਹਿੰਦਾ ਯਾਰ ਫੂਕਾਂ ਨਾਲ ਦੋਨਾਂ ਹੁੰਦਾ। ਬਚਪਨ ਦੇ ਵਿੱਚ ਉਹ ਕਹਿੰਦੇ ਹੁੰਦੇ ਸੀ ਐਂ ਕਰਦੇ ਉਹ ਕਰਦੇ, ਹੈ ਨਾ, ਬੰਦਾ ਚੇਂਜ ਹੁੰਦਾ ਜਾਂਦਾ। ਇਹ ਵੀ ਅਕਸਰ ਦੇਖਿਆ ਜਾਂਦਾ ਅੱਜ ਕੱਲ੍ਹ ਦੇ ਵਿੱਚ ਸਭ ਤੋਂ ਵੱਡੀ ਕਹਾਣ ਕਿਤੇ ਨਾ ਕਿਤੇ ਇਹ ਦੇਖਣ ਨੂੰ ਮਿਲਦਾ ਕਿ ਲੋਕ ਆਪਣੇ ਮਾਪਿਆਂ ਨੂੰ ਜਾ ਕੇ ਓਲਡ ਏਜ ਹੋਮਸ ਦੇ ਵਿੱਚ ਛੱਡ ਦਿੰਦੇ ਨੇ, ਜਾਂ ਫਿਰ ਜਿਹੜੇ ਮਾਪੇ ਕਿਧਰ ਕਿਤੇ ਆਪਣੇ ਬੱਚਿਆਂ ਨੂੰ ਇੱਕ ਨਜ਼ਰ ਦੇਖਣ ਨੂੰ ਤਰਸ ਜਾਂਦੇ ਨੇ ਸਿਰਫ ਓਲਡ ਏਜ ਹੋਮਸ ਦੇ ਵਿੱਚ ਬੈਠਿਆ ਹੋਇਆ, ਉਹਨਾਂ ਬੱਚਿਆਂ ਲਈ ਕੀ ਮੈਸੇਜ ਰਹੂਗਾ ਇਸ ਫਿਲਮ ਦੇ ਵਿੱਚ, ਖਾਸ ਕਰਕੇ ਕਿਉਂਕਿ ਮਾਂ ਇੱਕ ਬਹੁਤ ਜਿਹੜਾ ਮਾਸੂਮ ਕੈਰੈਕਟਰ ਜਿਹਨੂੰ ਕਹਿੰਦੇ ਆ ਕਿ ਰੱਬ ਵੱਲੋਂ ਦਿੱਤਾ ਗਿਆ ਸਾਨੂੰ? ਦੇਖੋ ਮੈਂ ਇਹਦੇ ਬਾਰੇ ਜ਼ਿਆਦਾ ਟਾਕ ਨਹੀਂ ਕਰਨੀ ਚਾਹੁੰਦਾ, ਮੈਂ ਸੋਚਦਾ ਤੁਸੀਂ ਫਿਲਮ ਦੇਖੋ। ਓਲਡ ਏਜ ਹੋਮ ਦਾ ਇੱਕ ਬਹੁਤ ਅੱਛਾ ਮੈਸੇਜ ਅਸੀਂ ਦਿੱਤਾ, ਬਹੁਤ ਹੀ ਵਧੀਆ। ਸੋ ਰੂਪੀ ਮੈਮ ਆਏ ਹੋਏ ਨੇ ਮੈਨੂੰ ਲੱਗਦਾ, ਅਤੇ ਉਹਨਾਂ ਨੇ ਪਰਫੋਰਮ ਕੀਤਾ, ਕਮਾਲ ਦਾ ਪਰਫੋਰਮ ਕੀਤਾ, ਔਰ ਤੁਹਾਨੂੰ ਬਹੁਤ ਅੱਛਾ ਲੱਗਿਆ। ਕਿਉਂਕਿ ਲਗਾਤਾਰ ਕਿਤੇ ਨਾ ਕਿਤੇ ਇੱਕ ਨਵੇਂ ਕਨਸੈਪਟ ਦੇ ਉੱਤੇ ਮੂਵੀ ਆਉਂਦੀ ਹੈ, ਇਸ ਅਗਲੀ ਵਾਰ 'ਚ ਕਿਹੜਾ ਸਾਨੂੰ ਮੈਸੇਜ ਦੇਖਣ ਨੂੰ ਮਿਲੇਗਾ, ਕਿਸੇ ਹੋਰ ਮੂਵੀ 'ਚ ਕਿਹੜੇ ਕਨਸੈਪਟ ਆਉਂਦੇ ਦੇਖਣਗੇ ਸਾਨੂੰ? ਬਿਲਕੁਲ ਜੀ, ਇਸ ਤੋਂ ਅੱਗੇ ਬੜੀਆਂ ਫਿਲਮਾਂ ਆ ਰਹੀਆਂ ਨੇ ਸਾਡੀਆਂ, ਇਸ ਤਰ੍ਹਾਂ ਦੀਆਂ ਵਿਡੋ ਕਾਲਨੀ ਸਟਾਰਟ ਹੋਣ ਲੱਗੀ ਆ, ਸੋ ਸਾਡੀ ਸਭ ਤੋਂ ਮੈਨੂੰ ਲੱਗਦਾ ਹੁਣ ਤੱਕ ਦੀ ਵੱਡੀ ਫਿਲਮ ਹੋਊਗੀ, ਅਤੇ ਬੜੀ ਉਹਦੇ 'ਤੇ ਐਫਰਟ ਲੱਗ ਰਹੀ ਆ, ਔਰ ਤੁਹਾਨੂੰ ਵਧੀਆ ਲੱਗੂ। ਗਿੱਪੀ ਗਰੇਵਾਲ ਤੁਹਾਡੇ ਲਈ ਲੈ ਕੇ ਆਇਆ ਬੈਸਟ ਕੁਆਲਿਟੀ ਦੇ ਸਕਿਨ ਕੇਅਰ, ਫੇਸ, ਲਿਪਸ, ਆਈਜ਼, ਆਲ ਮੇਕਅਪ ਪ੍ਰੋਡਕਟ, ਜੋ ਨੇ ਬਿਲਕੁਲ ਹਾਰਮਲੈਸ। ਸੋ ਤੁਸੀਂ ਆਪਣੇ ਨਜ਼ਦੀਕੀ ਸਟੋਰ ਤੇ ਜਾ ਕੇ ਇਹਨਾਂ ਪ੍ਰੋਡਕਟਸ ਨੂੰ ਬਾਏ ਕਰ ਸਕਦੇ ਹੋ, ਜਾਂ ਫਿਰ ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਹੈ www.fashioncolor.in। ਇਸ ਤੋਂ ਇਲਾਵਾ ਇੰਸਟਾ, ਨਾਇਕਾ, ਪਰਪਲ, ਜੀਓ ਮਾਰਟ ਜਾਂ ਫਿਰ ਫਲਿੱਪਕਾਰਟ, ਐਮਾਜ਼ਨ ਤੇ ਜਾ ਕੇ ਵੀ ਇਹਨਾਂ ਪ੍ਰੋਡਕਟਸ ਨੂੰ ਬਾਏ ਕਰ ਸਕਦੇ ਹੋ। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।